ਅੱਜ ਅਸੀਂ ਆਪਣੇ ਹੱਕਾਂ ਵਾਸਤੇ ਆਏ ਹਾਂ ਅਤੇ ਆਪਣੇ ਹੱਕ ਲੈ ਕੇ ਜਾਵਾਂਗੇ ਅਤੇ ਦਿੱਲੀ ਤੱਕ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਆਵਾਂਗੇ, ਉਹਨੂੰ ਦੱਸ ਦਾਂਗੇ ਕਿ ਜੇ ਕਿਸਾਨ ਹੈ ਤਾਂ ਦੇਸ਼ ਹੈ। ਜਿਸ ਤਰ੍ਹਾਂ ਇੱਥੇ ਹੀ ਤੁਸੀਂ ਤੋੜਿਆ ਨਾ, ਇਸ ਤਰ੍ਹਾਂ ਤੋੜਦੇ ਜਾਓਗੇ, ਸਾਨੂੰ ਪਾਇਆ ਸੀ 6-6 ਮਹੀਨੇ ਦਾ ਰਾਸ਼ਨ ਸਾਡੀ ਟਰਾਲੀਆਂ ਦੇ ਵਿੱਚ ਵਾ। ਇਹੋ ਜੋਸ਼ ਪਰਮੇਸ਼ਰ ਨੇ ਕਿਰਪਾ ਕੀਤੀ, ਉਹਦਾ ਟਨ ਘੱਟ ਤੋਂ ਘੱਟ ਕੋਈ 10-10 ਟਨ ਤਾਂ ਆਇਆ ਹੀ, ਉਹੀ ਨੌਜਵਾਨਾਂ ਖਿੱਚ ਕੇ ਪਿੱਛੇ ਕਰਤਾ। ਕਿਸਾਨ ਨਿਰੰਤਰ ਟਰੈਕਟਰ ਟਰਾਲੀਆਂ ਲੈ ਕੇ ਅੱਗੇ ਵੱਧਦੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਮਨਵਿੰਦਰ ਸਿੰਘ ਟਿਵਾਣਾ। ਅੱਜ ਅਸੀਂ ਖੜ੍ਹੇ ਹਾਂ ਸ਼ੰਭੂ ਬੈਰੀਅਰ 'ਤੇ। ਕਿਸਾਨ ਜਥੇਬੰਦੀਆਂ ਵੱਲੋਂ 26-27 ਦਾ ਐਲਾਨ ਕੀਤਾ ਗਿਆ ਸੀ ਕਿ ਦਿੱਲੀ ਨੂੰ ਕੂਚ ਕੀਤਾ ਜਾਊਗਾ ਸੈਂਟਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ। ਹਾਲਾਂਕਿ ਹਰਿਆਣਾ ਸਰਕਾਰ ਵੱਲੋਂ ਬੈਰੀਅਰ ਬੜੇ ਤਕੜੇ ਲਗਾਏ ਗਏ, ਕਿਸਾਨਾਂ ਵੱਲੋਂ ਬੈਰੀਗੇਟਿੰਗ ਤੋੜ ਕੇ ਅੱਗੇ ਵਧਿਆ ਜਾ ਰਿਹਾ। ਸਾਡੇ ਨਾਲ ਕਿਸਾਨ ਵੀਰ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ, ਕੀ ਨਾਮ ਹੈ ਜੀ ਆਪਣਾ? ਬਿੱਲਾ ਸਰਪੰਚ ਜੀ। ਤੁਸੀਂ ਕਿੱਥੋਂ ਆਏ ਹੋ ਸਰਪੰਚ ਸਾਹਿਬ? ਅਸੀਂ ਆਏ ਹਾਂ ਜੀ ਮਕੇਰੀਆਂ ਤੋਂ, ਹਰਸਾ ਟੋਲ ਪਲਾਜ਼ਾ ਮਾਨਸਰ ਤੋਂ। ਕਿਸ ਤਰ੍ਹਾਂ ਦੇਖਦੇ ਹੋ ਜੋ ਸੈਂਟਰ ਸਰਕਾਰ ਦਾ ਰਵੱਈਆ ਹੈ ਅਤੇ ਖੱਟੜ ਸਰਕਾਰ ਦਾ? ਸੈਂਟਰ ਸਰਕਾਰ ਅਤੇ ਖੱਟੜ ਸਰਕਾਰ ਦੋਨੋਂ ਰਲ ਗਈਆਂ। ਹਾਂਜੀ, ਇਹ ਚਾਹੁੰਦੀਆਂ ਕਿ ਕਿਸਾਨ ਦਿੱਲੀ ਤੱਕ ਨਾ ਪਹੁੰਚਣ, ਪਰ ਅਸੀਂ ਆਪਣੇ ਹੱਕਾਂ ਲਈ ਜਾ ਰਹੇ ਹਾਂ। ਅਸੀਂ ਸ਼ਾਂਤੀਪੂਰਵਕ ਢੰਗ ਨਾਲ ਆ ਰਹੇ, ਇਹਨਾਂ ਨੇ ਸਾਡਾ ਨਜਾਇਜ਼ ਕਰਕੇ ਇਹਨਾਂ ਨੇ ਸਾਨੂੰ ਬੈਰੀਕੇਡ ਲਾ ਤੇ। ਅਸੀਂ ਬਹੁਤ ਸਹਿਨਸ਼ੀਲਤਾ ਨਾਲ ਸ਼ਾਂਤੀਪੂਰਵਕ ਢੰਗ ਨਾਲ ਉੱਥੋਂ ਚਲੇ ਆਪਣੇ ਘਰ ਤੋਂ, ਇੱਥੇ ਆ ਕੇ ਜਦੋਂ ਬੈਰੀਕੇਡ ਲਾ ਤੇ ਫਿਰ ਸਾਨੂੰ ਆ ਕੇ ਬੈਰੀਕੇਡ ਚੁੱਕ ਕੇ ਪਰੇ ਕਰਨੇ। ਪਰ ਫੌਜ ਨੇ ਜਿਹੜੀ ਹਰਿਆਣਾ ਪੁਲਿਸ ਹੈ, ਇਹਨਾਂ ਨੇ ਸਾਡੇ ਨਾਲ ਬਹੁਤ ਡਾਂਗਾ ਵੀ ਮਾਰੀਆਂ, ਪਰ ਅਸੀਂ ਡਾਂਗਾਂ ਦੀ ਪਰਵਾਹ ਨਹੀਂ ਕਰਦੇ। ਅੱਜ ਅਸੀਂ ਆਪਣੇ ਹੱਕਾਂ ਵਾਸਤੇ ਆਏ ਹਾਂ ਅਤੇ ਆਪਣੇ ਹੱਕ ਲੈ ਕੇ ਜਾਵਾਂਗੇ ਅਤੇ ਦਿੱਲੀ ਤੱਕ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਆਵਾਂਗੇ, ਉਹਨੂੰ ਦੱਸ ਦਾਂਗੇ ਕਿ ਜੇ ਕਿਸਾਨ ਹੈ ਤਾਂ ਦੇਸ਼ ਹੈ, ਜੇ ਦੇਸ਼ ਬਚੇਗਾ ਤਾਂ ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ। ਤੁਹਾਨੂੰ ਕਿੱਦਾਂ ਲੱਗਦਾ ਹੈ ਜਿੱਦਾਂ ਇੱਥੇ ਕਿਸਾਨਾਂ ਨੂੰ ਰੋਕਿਆ ਗਿਆ ਆਪਣੇ ਹੱਕਾਂ ਲਈ ਜਾ ਰਹੇ ਸੀਗੇ, ਤੁਹਾਨੂੰ ਨਹੀਂ ਲੱਗਦਾ ਇਹ ਲੋਕਤੰਤਰ ਦਾ ਘਾਣ ਹੈ? ਇਹ ਲੋਕਤੰਤਰ ਦਾ ਪੂਰਾ ਘਾਣ ਹੈ। ਇਹਨਾਂ ਨੇ ਸਾਡੇ ਜਿੱਦਾਂ ਡਾਂਗਾਂ ਮਾਰੀਆਂ, ਇਹ ਵੀ ਲੋਕਤੰਤਰ ਕਹਾਣ ਹੈ। ਜੇ ਅਸੀਂ ਕੋਈ ਖਰਾਬੀ ਕਰਦੇ ਫਿਰ ਸਾਨੂੰ ਇਹ ਕੁਛ ਕਹਿੰਦੇ, ਫਿਰ ਅਸੀਂ ਜ਼ਿੰਮੇਵਾਰ ਸੀ। ਅਸੀਂ ਸ਼ਾਂਤੀਪੂਰਵਕ ਢੰਗ ਨਾਲ ਆਪਣੇ ਟਿਕਟਰਾਂ 'ਤੇ ਜਾ ਰਹੇ, ਗੱਡੀਆਂ 'ਤੇ ਆ ਰਹੇ, ਪਰ ਇਹਨਾਂ ਨੇ ਜੋ ਸਾਡੇ ਨਾਲ ਕੀਤਾ ਇਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ 'ਚ ਦੱਸਾਂਗੇ ਕਿ ਇਹ ਕੀ ਹੋ ਨਤੀਜੇ ਕੀ ਹੋਣਗੇ। ਅੱਗੇ ਕਿੱਦਾਂ ਲੱਗਦਾ ਤੁਹਾਨੂੰ ਦਿੱਲੀ ਪਹੁੰਚਣ ਦਿੱਤਾ ਜਾਊਗਾ? ਅਸੀਂ ਜੇ ਘਰੋਂ ਚੱਲ ਪਏ ਦਿੱਲੀ ਪਹੁੰਚਣ ਨੂੰ ਆਏ ਹਾਂ ਅਤੇ ਦਿੱਲੀ ਪਹੁੰਚ ਕੇ ਹੀ ਰਵਾਂਗੇ ਜੀ। ਸਾਡੇ ਨਾਲ ਹੋਰ ਵੀ ਕਿਸਾਨ ਨੇ। ਹਾਂਜੀ, ਕੀ ਨਾਮ ਹੈ ਜੀ ਆਪਣਾ? ਬਲਜਿੰਦਰ ਸਿੰਘ ਚੀਮਾ ਜੀ। ਬਲਜਿੰਦਰ ਸਿੰਘ ਚੀਮਾ ਜੀ, ਕਿਸ ਤਰ੍ਹਾਂ ਦੇਖਦੇ ਹੋ ਜੋ ਸੈਂਟਰ ਸਰਕਾਰ ਅੜੀ ਵਾਲਾ ਰਵੱਈਏ 'ਤੇ ਅੜੀ ਹੋਈ ਆ? ਹਾਲਾਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਹੋਰ ਕੁਛ ਨਹੀਂ, ਸਾਨੂੰ ਆਪਣੇ ਹੱਕ ਚਾਹੀਦੇ ਨੇ, ਹੱਕ ਮੰਗ ਰਹੇ ਨੇ, ਫਿਰ ਵੀ ਕਿਸਾਨਾਂ ਦਾ ਵਿਰੋਧ ਕੀਤਾ ਜਾ ਰਿਹਾ, ਉਹਨਾਂ ਨੂੰ ਬੈਰੀਅਰ 'ਤੇ ਰੋਕਿਆ ਗਿਆ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਮੈਂ ਸੁਣਨਾ ਵੀ ਸਰਕਾਰ ਇਹ ਸਰਕਾਰ ਸਿਰਫ ਸਾਡੇ ਨੰਬਰ 23 ਮਾਂ ਵਾਲਾ ਹਿਸਾਬ ਕਰ ਰਹੀ। ਅਸੀਂ ਕੁਛ ਨਹੀਂ ਸਰਕਾਰ ਕੋਲ ਮੰਗ ਰਹੇ, ਅਸੀਂ ਇਹ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਵੀ ਤੂੰ ਜਿਸ ਤਰ੍ਹਾਂ ਅੱਗੇ ਕਾਲੇ ਲੋਕਾਂ ਦੇ ਕਾਨੂੰਨ ਤੂੰ ਲਿਆ ਕੇ ਨੋਟਬੰਦੀ ਚਾਹੇ GST ਜਿੱਦਾਂ ਮਰਜ਼ੀ ਤੇਰੀ ਚੱਲੀ ਗਈ, ਪਰ ਇਹਨੇ ਸੋਚਿਆ ਕੋਈ ਨਹੀਂ ਬੋਲਿਆ, ਪਰ ਪੰਜਾਬ ਦਾ ਕਿਸਾਨ ਜਾਗਰੂਕ ਸੀ, ਉਹਨੇ ਕਿਸਾਨ ਦਾ ਝੰਡਾ ਚੁੱਕ ਕੇ ਜਿਹੜੀ ਆਪਣੀਆਂ ਪੁੱਤਾਂ ਵਾਂਗ ਜ਼ਮੀਨ ਆ, ਆਪਾਂ ਹੁਣ ਵਾਨੀ ਡਵਾਨੀ ਦੇ ਹੱਥ 'ਚ ਨਹੀਂ ਜਾਂਦੇ, ਜਿਹੜੇ 3 ਕਾਲੇ ਕਾਨੂੰਨ ਆ ਇਹ ਵਾਪਸ ਲੈ ਰਹੇ, ਅਸੀਂ ਵਾਪਸ ਮੁੜ ਜਾਵਾਂਗੇ ਇੱਥੇ ਹੀ। ਪਰ ਅੱਜ ਹਰਿਆਣਾ ਸਰਕਾਰ ਨੇ ਚੰਗਾ ਨਹੀਂ ਕੀਤਾ, ਆਪਾਂ ਸੈਂਟਰ ਸਰਕਾਰ ਕੋਲ ਸਾਡਾ ਹੱਕ ਬਣਦਾ, ਦਿੱਲੀ ਸਰਕਾਰ ਕੋਲ ਅਸੀਂ ਜਾ ਕੇ ਜੋ ਵੀ ਮੰਗ ਸਕਦੇ। ਤੁਹਾਨੂੰ ਕਿੱਦਾਂ ਲੱਗਦਾ ਹੁਣ ਬੈਰੀਗੇਟ ਤੋੜ ਕੇ ਕੁਛ ਕਿਸਾਨ ਅੱਗੇ ਨਿਕਲ ਗਏ ਨੇ, ਫਿਰ ਬਾਅਦ 'ਚ ਬੈਰੀਗੇਟਿੰਗ ਲਗਾ ਦਿੱਤੀ ਗਈ ਆ, ਉੱਥੇ ਕਿਸਾਨਾਂ ਨੂੰ ਰੋਕਿਆ ਗਿਆ, ਤੁਸੀਂ ਕਿਸ ਤਰ੍ਹਾਂ ਦੇਖਦੇ? ਅਸੀਂ ਜਿੰਨਾ ਤੱਕ ਸਾਡੇ ਪਿੱਛੇ ਕਿਸਾਨ ਨੇ ਹੁੰਦੇ ਉਨੇ ਚਿਰ ਇੱਥੇ ਰੁਕੇ ਜਾਓਗੇ, ਜਿੱਥੇ ਅਸੀਂ ਅੱਗੇ ਆ ਗਏ ਹਾਂ ਅਤੇ ਆਪਾਂ ਆਪਣੇ ਹੱਕ ਲੈ ਕੇ ਦਿੱਲੀ ਸਰਕਾਰ ਕੋਲ ਵਾਪਸ ਮਿਲਾਂਗੇ, ਦਿੱਲੀ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ, ਜੋ ਵੀ ਸਾਡੇ ਨਾਲ ਆਪਣਾ ਧੱਕਾ ਕਰਨ ਦੀ ਆ ਵੀ ਅਸੀਂ ਕੁਛ ਨਹੀਂ ਮੰਗਦੇ, ਅਸੀਂ ਆਪਣੀ ਜ਼ਮੀਨ ਮੰਗਦੇ, ਸਾਨੂੰ ਕੁਛ ਨਹੀਂ ਚਾਹੀਦਾ। ਇਹ ਕਹਿੰਦੇ ਧੱਕੇ ਨਾਲ ਕਹਿੰਦੇ ਕਿ ਅਸੀਂ ਵਧੀਆ 3 ਕਾਨੂੰਨ ਲਿਆਂਦੇ ਆ, ਸਾਡੇ ਸਾਨੂੰ ਮਨਜ਼ੂਰ ਨਹੀਂ ਗਏ, ਅਸੀਂ ਮੰਗਦੇ ਨਹੀਂ ਕੋਈ, ਬੰਨ ਕੇ ਖੀਰ ਖਵਾਉਂਦੇ ਆ, ਅਸੀਂ ਨਹੀਂ ਖਾਣੀ ਚਾਹੁੰਦੇ। ਅੱਗੇ ਦਿੱਲੀ 'ਚ ਵੀ ਕਿਹਾ ਜਾ ਰਿਹਾ ਬੈਰੀਗੇਟਿੰਗ ਕੀਤੀ ਗਈ ਆ, ਦਿੱਲੀ 'ਚ ਕਿਸਾਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਊਗਾ? ਜਿਸ ਤਰ੍ਹਾਂ ਇੱਥੇ ਹੀ ਅਸੀਂ ਤੋੜਿਆ ਨਾ, ਇਸ ਤਰ੍ਹਾਂ ਤੋੜਦੇ ਜਾਊਗਾ, ਸਾਨੂੰ ਪਾਇਆ ਅਸੀਂ 6-6 ਮਹੀਨੇ ਦਾ ਰਾਸ਼ਨ ਸਾਡੀ ਟਰਾਲੀਆਂ ਦੇ ਵਿੱਚ ਵਾ, ਅਸੀਂ 6 ਮਹੀਨੇ ਦੀ ਤਿਆਰੀ ਕਰਕੇ 6 ਮਹੀਨੇ ਵਾਪਸ ਨਹੀਂ ਜਾਵਾਂਗੇ ਅਤੇ ਦਿੱਲੀ ਸਰਕਾਰ ਕੋਲ ਆਪਣੇ ਕਾਲੇ ਕਾਨੂੰਨ ਜਿਹੜੇ ਆ ਉਹ ਰੱਦ ਕਰਾ ਕੇ ਰਵਾਂਗੇ ਜੀ। ਧੰਨਵਾਦ ਜੀ। ਹਾਂਜੀ, ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸੈਂਟਰ ਸਰਕਾਰ ਕੋਲੋਂ ਇਹ ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਕਰਵਾ ਕੇ ਰਹਾਂਗੇ। ਹਾਲਾਂਕਿ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਕਿਸਾਨਾਂ 'ਤੇ, ਪਾਣੀ ਦੀਆਂ ਬੁਸਾਰਾਂ ਵੀ ਕੀਤੀਆਂ ਗਈਆਂ, ਲਾਠੀ ਚਾਰਜ ਤੱਕ ਕੀਤਾ ਗਿਆ, ਪਰ ਕਿਸਾਨਾਂ ਵੱਲੋਂ
ਬੈਰੀਗੇਟਿੰਗ ਤੋੜ ਕੇ ਅੱਗੇ ਵਧਿਆ ਜਾ ਰਿਹਾ ਹੈ ਆਪਣੇ ਹੱਕਾਂ ਲਈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਾਨੂੰ ਕੁਛ ਨਹੀਂ, ਅਸੀਂ ਆਪਣੇ ਸਿਰ 'ਤੇ ਕਫਨ ਬੰਨ੍ਹ ਕੇ ਆਏ ਹਾਂ ਅਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹਟਾਂਗੇ। ਸਾਡੇ ਨਾਲ ਬਜ਼ੁਰਗ ਨੇ ਭਾਰਤੀ ਕਿਸਾਨ ਯੂਨੀਅਨ ਤੋਂ, ਉਹਨਾਂ ਨਾਲ ਕਰਦੇ ਹਾਂ ਗੱਲ। ਉਹਨਾਂ ਦਾ ਕੀ ਕਹਿਣਾ ਹੈ ਜੋ ਸੈਂਟਰ ਸਰਕਾਰ ਅਤੇ ਖੱਟੜ ਸਰਕਾਰ ਵੱਲੋਂ ਇਹ ਰਵੱਈਆ ਅਪਣਾਇਆ ਜਾ ਰਿਹਾ ਹੈ? ਹਾਂਜੀ, ਕੀ ਨਾਮ ਹੈ ਜੀ ਆਪਣਾ? ਕੇਵਲ ਸਿੰਘ ਕੰਗ, ਪਠਾਨਕੋਟ ਤੋਂ। ਮੈਂ ਪਠਾਨਕੋਟ ਦਾ BKU ਦਾ ਜ਼ਿਲ੍ਹੇ ਦਾ ਪ੍ਰਧਾਨ ਹਾਂ। ਇਹਦੀਆਂ ਵੇਖੋ, ਸਾਨੂੰ 2 ਮਹੀਨੇ ਹੋਏ ਆ, ਇਹਦੇ ਨਾਲ ਜੋ ਇਹਦੀਆਂ ਮਾੜੀਆਂ ਅਤੇ ਗਲਤ ਫੈਸਲੇ ਜਿਹੜੇ ਇਹਨੇ ਲਏ ਆ ਉਹਦਾ ਅਸੀਂ ਵਿਰੋਧ ਕਰਨੇ ਆ। ਵੇਖੋ, ਸੜਕਾਂ 'ਤੇ ਵੀ ਰਹੇ ਹਾਂ, ਟੋਲ ਵੀ ਬੰਦ ਕੀਤੇ ਆ, ਇੱਥੇ ਅਜੇ ਜੂਨ ਹੀ ਸਰਕੀ। ਅਸੀਂ ਤਾਂ ਪਰਮੇਸ਼ਰ ਅੱਗੇ ਬੇਨਤੀ ਕਰਦੇ ਹਾਂ ਵੀ ਇਹਦੀ ਬੁੱਧੀ ਜਿਹੜੀ ਇੰਨੀ ਵਿਗੜ ਗਈ ਆ, ਪਰਮੇਸ਼ਰ ਸਾਨੂੰ ਆਸ ਆ ਵੀ ਮਿਹਰ ਕਰੂਗਾ। ਜਿੱਦਾਂ ਵੇਖੋ ਨਾ, ਲੋਕ ਅਸੀਂ ਤਾਂ ਪਠਾਨਕੋਟ ਤੋਂ ਸਾਨੂੰ ਆਉਂਦੇ ਵੀ 7-8 ਘੰਟੇ ਲੱਗਦੇ ਆਉਂਦੇ ਹਾਂ, ਅਸੀਂ ਤਾਂ ਰਾਤ ਦੇ 7 ਵਜੇ ਦੀ ਇੱਥੇ ਆਣ ਕੇ ਬੈਠੇ ਹਾਂ। ਮਨੋਂ ਤੁਹਾਨੂੰ ਅਸੀਂ ਮਨ ਬਣਾ ਕੇ ਆਏ ਹਾਂ ਵੀ ਜਿੰਨਾ ਚਿਰ ਇਹ ਸਾਡੇ ਕਾਲੇ ਕਾਨੂੰਨ ਨਾ ਵਾਪਸ ਲਏ, ਅਸੀਂ ਤਾਂ ਬਿਲਕੁਲ ਜੋ ਸਾਡੇ ਮਨ 'ਚ ਹੋਇਆ ਕਰਾਂਗੇ। ਸਾਨੂੰ ਆਸ ਆ ਵੀ ਜਿਸ ਤਰ੍ਹਾਂ ਵੇਖੋ ਇਹਨਾਂ ਬੈਰੀਅਰ ਇੱਥੇ ਲਾਏ ਸੀਗੇ, ਉਹ ਵੇਖੋ ਐਸਾ ਜੋਸ਼ ਪਰਮੇਸ਼ਰ ਨੇ ਕਿਰਪਾ ਕੀਤੀ, ਉਹਦਾ ਟਨ ਘੱਟ ਤੋਂ ਘੱਟ ਕੋਈ 10-10 ਟਨ ਤਾਂ ਆਇਆ ਸੀ। ਉਹੀ ਨੌਜਵਾਨਾਂ ਖਿੱਚ ਕੇ ਪਿੱਛੇ ਕਰਤਾ, ਜੋ ਇਹਨਾਂ ਉੱਥੇ ਅੱਗੇ ਨਾਕੇ ਵੀ ਲਾਏ ਸੀ ਉਹ ਚੁੱਕ ਅਤੇ ਉਹ ਨਹਿਰ 'ਤੇ ਸੁੱਟ ਦਿੱਤੇ ਗਏ। ਉਹਦੀ ਕਿਰਪਾ ਨਾਲ ਹੀ ਸਾਰਾ ਕੰਮ ਹੁੰਦਾ। ਉੱਥੇ ਸਾਨੂੰ ਕਾਲ ਪੁਰਖ 'ਤੇ ਭਰੋਸਾ ਵਾ ਵੀ ਉਹ ਸਾਡਾ ਪੂਰਾ ਸਾਥ ਦੇਣਗੇ। ਇਹੋ ਮੋਦੀ ਕੀ ਹੋਇਆ, ਇਹ ਤਾਂ ਬੜੇ ਬੜਿਆਂ ਇਹਨੇ ਵਦਾਲੀ ਵਰਗਿਆਂ ਦੇ ਮੂੰਹ ਮੋੜ 'ਤੇ ਇਹ ਪਰਮੇਸ਼ਰ ਦੀ ਕਿਰਪਾ ਕਰਕੇ ਹੁਣ ਸਾਨੂੰ ਆਸ ਆ ਵੀ ਮਹਾਰਾਜ ਕਿਰਪਾ ਕਰੂਗਾ। ਇਹੋ ਜਿਹੇ ਜੋ ਸਾਨੂੰ ਆਸ ਆ ਵੀ ਅੱਧੀ ਅਸੀਂ ਜੋ ਫੈਸਲਾ ਸਾਡੇ ਹੱਕ 'ਚ ਹੋਊਗਾ, ਨਹੀਂ ਤਾਂ ਇੱਥੋਂ ਇਹਨਾਂ ਦੀ ਰਾਹ ਦੀ ਖੱਟਰ ਦੀ ਵੀ ਇੱਥੇ ਨਾ ਅੱਗ ਜਾਇਆ ਜਾਏ। ਵੇਖੋ, ਪਰਮੇਸ਼ਰ ਨੇ ਕਿਰਪਾ ਕੀਤੀ ਜੋ ਇਹਦੇ ਨਾਕੇ ਸੀ ਪਹਿਲਾਂ ਅਸੀਂ ਵੀ ਸੋਚਿਆ ਵੀ ਔਖਾ ਕੰਮ ਆ, ਫਿਰ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ ਤਾਂ ਕੋਈ ਐਡੀ ਵੱਡੀ ਗੱਲ ਨਹੀਂ। ਇਹ ਸਾਨੂੰ ਆਸ ਆ ਵੀ ਮਹਾਰਾਜ ਕਿਰਪਾ ਕਰੂਗਾ, ਇਹਦੀ ਵੀ ਕੋਈ ਬੁੱਧੀ 'ਚ ਕੋਈ ਮੰਦਰੇ ਮੱਥਾ ਟੇਕੇ ਜਾ ਕੇ ਤੁਹਾਨੂੰ ਪਤਾ ਵੀ ਪਰਮੇਸ਼ਰ ਵੀ ਅਜੇ ਇਹਦੀ ਬੁੱਧੀ ਇੰਨੀ ਵਿਗੜ ਗਈ ਆ, ਇਹ ਤਾਂ ਮਹਾਰਾਜ ਜੀ ਕੋ ਕਿਰਪਾ ਕਰੇ ਤਾਂ ਹੋਊਗਾ, ਨਹੀਂ ਤਾਂ ਸਾਡਾ ਤਾਂ ਪਰਮੇਸ਼ਰ ਰੱਖਾ ਹੋਇਆ ਹੀ ਆ। ਇੱਕ ਸਿੱਖ ਕੌਮ ਇੱਕ ਵੱਖਰੀ ਕੌਮ ਆ, ਇਹ ਜੇ ਮਨ ਬਣਾਉਣੇ ਬਣਾਏ ਤਾਂ ਪਰਮੇਸ਼ਰ ਵੀ ਕਿਰਪਾ ਕਰਦਾ। ਵਾਹਿਗੁਰੂ ਜੀ ਕਾ ਖਾਲਸਾ। ਇਸ ਤਰ੍ਹਾਂ ਦੇਖਦੇ ਹੋ ਇਹ ਮਨੁੱਖੀ ਜੋ ਅਧਿਕਾਰ ਨੇ ਉਹਨਾਂ ਦਾ ਇੱਕ ਘਾਣ ਨਹੀਂ ਹੈਗਾ ਇੱਦਾਂ ਕਿਸਾਨਾਂ ਨੂੰ ਰੋਕਿਆ ਜਾਣਾ। ਆਪਣੇ ਹੱਕਾਂ ਲਈ ਕਿਸਾਨ ਜਾ ਰਹੇ ਸੀਗੇ ਧਰਨਿਆਂ 'ਤੇ, ਸ਼ਾਂਤ ਬਈ ਧਰਨੇ ਲਗਾਤਾਰ 2-2.5 ਮਹੀਨਿਆਂ ਤੋਂ ਚੱਲ ਰਹੇ ਨੇ, ਅਤੇ ਹੁਣ ਕਿਸਾਨਾਂ ਦੀ ਕੌਲ ਸੀਗੀ ਦਿੱਲੀ ਕੂਚ ਕਰਨ ਦਾ, ਅਤੇ ਹਰਿਆਣਾ ਸਰਕਾਰ ਵੱਲੋਂ ਇੱਥੇ ਰੋਕਿਆ ਗਿਆ, ਵੱਡੇ ਵੱਡੇ ਬੈਰੀਗੇਟਿੰਗ ਕੀਤੇ ਗਏ ਨੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜਦੋਂ ਨਸ਼ੇ ਆਉਂਦੇ ਨੇ, ਹੋਰ ਮਾੜੀਆਂ ਘਟਨਾਵਾਂ ਵਾਪਰਦੀਆਂ ਨੇ, ਉਦੋਂ ਇੰਨੀ ਸਖਤੀ ਕਿਉਂ ਨਹੀਂ ਕੀਤੀ ਜਾਂਦੀ? ਇਹ ਅੰਨਦਾਤੇ ਨੂੰ ਰੋਕਣ ਲਈ ਕਿਉਂ ਕੀਤਾ ਜਾਂਦਾ? ਬੜੇ ਭੋਲੇ ਭਾਲੇ ਸਾਨੂੰ ਇਹਨਾਂ ਸਮਝਿਆ BJP ਸਰਕਾਰ ਨੇ ਨਾਲ ਬਾਦਲ ਸਰਕਾਰ ਨੂੰ ਵੀ ਉਹ ਨਿੱਕਰਾਂ ਦੇ ਉਹਨੂੰ ਕਛਹਿਰੇ ਪਾਏ ਗਏ, ਅਸੀਂ ਉਹਦੇ ਵੀ ਵਿਰੋਧ ਕਰਦੇ ਹਾਂ। ਕਾਂਗਰਸ ਤਾਂ ਹੈ ਹੀ ਆ, ਕਾਂਗਰਸ ਨੂੰ ਵੀ ਜਿਹੜੀਆਂ ਮਾੜੀਆਂ ਨੀਤੀਆਂ ਆਈਆਂ ਦਾ ਹੁਣ ਦਾ ਨਹੀਂ, ਜਦੋਂ ਦਾ ਬਣਿਆ ਉਦੋਂ ਦਾ ਸਾਨੂੰ ਪਤਾ। ਵਾਹਗਾ ਬਾਰਡਰ 'ਤੇ ਮਨਮੋਹਨ ਸਿੰਘ ਨੇ ਉਹ ਬਾਰਡਰ ਚਾਲੂ ਕੀਤਾ ਵੀ ਉੱਥੋਂ ਲੋਕਾਂ ਦਾ 30-30, 40-40 ਹਜ਼ਾਰ ਰੁਪਈਆ ਮਟਰ ਆਲੂ ਉੱਥੋਂ ਸਬਜ਼ੀ ਅਫਗਾਨਿਸਤਾਨ ਤੱਕ ਜਾਂਦੀ ਸੀ। ਜਦੋਂ ਇਹਨੇ ਇਹ ਬਣਿਆ, ਇਹਨੇ ਤਾਂ ਮਹੀਨਾ ਨਹੀਂ ਚੱਲਣ ਦਿੱਤੀ। ਇਹ ਜੇ ਅਸੀਂ ਆਉਂਦੇ ਨੇ ਜ਼ਿਮੀਂਦਾਰਾਂ ਨੂੰ ਕਿਉਂ, ਜੇ ਇੱਥੇ ਖਰਚਾ ਕੋਈ ਨਹੀਂ, ਟਰੈਕਟਰਾਂ 'ਤੇ ਲੋਕ ਲੈ ਜਾਂਦੇ ਰਹੇ ਜੀ ਵਾਹਗਾ ਬਾਰਡਰ ਚੱਲੂ। ਇਹ ਮੈਂ ਨਿੱਕਰਾਂ ਵਾਲਿਆਂ BJP ਵਾਲਿਆਂ ਬੰਦੇ ਨੇ ਅਕਾਲੀ ਦਲ ਵਾਲਿਆਂ ਨੂੰ ਆਉਂਦਾ ਰਿਹਾ, ਨਹੀਂ ਜੀ ਵਾਹਗਾ ਬਾਰਡਰ ਰਾਜਸਥਾਨ ਚੱਲੂਗਾ। ਇਹਨਾਂ ਨੂੰ ਸ਼ਰਮ ਵਾਲੀ ਗੱਲ ਚਾਹੀਦੀ ਸੀ ਵੀ ਇਹਨੂੰ ਕਹਿ ਨਹੀਂ ਸਕੇ। ਹੁਣ 7 ਸਾਲ ਬਾਅਦ ਅਜੇ ਵੀ ਲੋਕਾਂ ਦਾ ਇਹਨਾਂ ਦੋਵਾਂ ਪਾਰਟੀਆਂ ਦਾ ਮੂੰਹ ਮੋੜਿਆ, ਅਤੇ ਹੁਣ ਲੋਕਾਂ ਨੂੰ ਪਤਾ ਲੱਗਾ ਵੀ ਇਹ ਇਹਨਾਂ ਦੀਆਂ ਨੀਤੀਆਂ ਕੀ ਆ, ਜੋ ਇਹ ਵਾਅਦੇ ਕਰਤੇ ਆ ਉੱਥੇ ਉਤਰਦੇ ਨਹੀਂ। ਇਹਨੇ ਵੇਖੋ ਅੱਗੇ ਸਥਾਨ ਵਡਾਨੀ ਮਕਾਨੀ ਦੇ ਬਣਾਏ ਆ, ਇਹਦੀ ਰਹਿ 'ਚ ਸਰਕਾਰ ਦਾ ਵਿੱਚੋਂ ਜੋ ਫੀਸ ਬਣਦੀ ਆ ਇਹਨਾਂ ਦੋਵਾਂ BJP ਅਤੇ ਅਕਾਲੀ ਦਲ ਵਾਲਿਆਂ, ਉਹਨੂੰ ਫਰੀ ਖਾਤੇ ਜੋ ਖਰਚਾ ਸੀਗਾ ਸਰਕਾਰ ਦਾ ਵਿੱਚ ਬਿਲਕੁਲ ਉਹਦੇ 'ਤੇ ਜੋ ਪਾਈ ਚਾਹੀਦਾ ਸੀ ਉਹਨਾਂ ਨਹੀਂ ਦਵਾਏ। ਇਹ ਸਰੀਰਾਂ ਦਾ ਹੱਥ ਆ। ਅਸੀਂ ਤਾਂ ਹੁਣ ਵੇਖੋ ਮਨ ਬਣਾ ਕੇ ਚੱਲੇ ਹਾਂ ਵੀ ਇਹਨਾਂ ਦੀਆਂ ਗੈਰ ਕਾਨੂੰਨੀ ਜਿਹੜੇ ਇਹਨਾਂ ਕਾਲੇ ਕਾਨੂੰਨ ਆ ਉਹ ਜਿੰਨਾ ਚਿਰ ਸਾਡਾ ਨਾ ਇਹਨਾਂ ਸਾਡੇ ਹੱਕ ਸੱਚ ਦੀ ਲੜਾਈ ਆ, ਪਰਮੇਸ਼ਰ ਵੀ ਸਾਨੂੰ ਪਤਾ ਵੀ ਮਹਾਰਾਜ ਕਿਰਪਾ ਕਰੂਗਾ। ਜੀ ਜੀ, ਧੰਨਵਾਦ ਜੀ। ਹਾਂਜੀ, ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਹੱਕ ਲਈ ਦਿੱਲੀ ਪਹੁੰਚ ਕੇ ਰਹਾਂਗੇ, ਸਰਕਾਰਾਂ ਚਾਹੇ ਕੋਈ ਵੀ ਤਸੱਦਦ ਕਰਨੇ ਕਾਲੇ ਕਾਨੂੰਨ ਨੇ ਜੋ ਰੱਦ ਕਰਵਾ ਕੇ ਰਹਾਂਗੇ। ਕੈਮਰਾਮੈਨ ਜਤਿੰਦਰ ਟਿਵਾਣੇ ਦੇ ਨਾਲ, ਸ਼ੰਭੂ ਬੈਰੀਅਰ ਤੋਂ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ।